ਹਾਂਜੀ ਡੀਅਰ ਸਟੂਡੈਂਟਸ ਹਾਜ਼ਰਾ ਫਿਰ ਤੋਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈਸਨ ਲੈ ਕੇ ਅੱਜ ਦਾ ਹੈ ਵੀਡੀਓ ਲੈਸਨ ਬੇਟਾ ਤੁਹਾਡੀ ਜਿਹੜੀ ਫਰਸਟ ਪੋਇਮਾਂ ਦੋ ਪੋਇਮਾਂ ਬੈਕਪ ਵੀਡੀਓ ਦੇ ਵਿੱਚ ਕਰ ਲਈ ਸੀ ਇਹ ਪੋਇਮ ਰਹਿ ਗਈ ਸੀ ਕਰੈਕਟਰ ਆਫ ਅ ਹੈਪੀ ਮੈਨ ਅੱਜ ਅਸੀਂ ਕਰਨ ਜਾ ਰਹੇ ਹਾਂ ਇਹਦੇ ਐਮਸੀਕਿਊ ਸੋ ਕਰਾਂਗੇ ਰਿਵਾਈਜ਼ ਇਹ ਕਲਾਸ 10th ਲਈ ਹੈ ਵੀਡੀਓ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਇੰਗਲਿਸ਼ ਦੀ ਠੀਕ ਹੈ ਸੋ ਟਰਮ ਬੰਦੀ ਰਿਵੀਜ਼ਨ ਚੱਲ ਰਹੀ ਹੈ ਤੇ ਬੁੱਕ ਵਰਕ ਦਾ ਇਹ ਲਾਸਟ ਵੀਡੀਓ ਹੈ ਬੇਟਾ ਸਾਰੇ ਆਪਣੇ ਮੇਨ ਕੋਰਸ ਬੁੱਕ ਦੇ ਲੈਸਨ ਅਪਲੋਡ ਹੋ ਚੁੱਕੇ ਨੇ ਸੈਪਲੀਮੈਂਟਰੀ ਦੇ ਵੀ ਅਪਲੋਡ ਹੋ ਚੁੱਕੇ ਨੇ ਤੇ ਪੋਇਮ ਸੈਕਸ਼ਨ ਵੀ ਹੋ ਗਿਆ ਸੋ ਇਸ ਤੋਂ ਬਾਅਦ ਗ੍ਰਾਮਰ ਦੇਖਾਂਗੇ ਇਹ ਲਾਸਟ ਲੈਸਨ ਹੈ ਬੇਟਾ ਚਲੋ ਕਰਦੇ ਹਾਂ ਸ਼ੁਰੂ ਸੋ ਬੇਟਾ ਇਹ ਦੇਖੋ ਆ ਗਏ ਆਪਾਂ ਪੋਇਮ ਤੇ ਤੇ ਫਰਸਟ ਕੁਐਸਚਨ ਹੂ ਡਸ ਨਾਟ ਸਰਵ ਦਾ ਬਿਲ ਆਫ ਅਦਰਸ ਕੌਣ ਆ ਜੋ ਦੂਜਿਆਂ ਦੀ ਇੱਛਾਵਾਂ ਦਾ ਗੁਲਾਮ ਨਹੀਂ ਜਾਂ ਉਹਨਾਂ ਦੀ ਨਹੀਂ ਗੁਲਾਮੀ ਨਹੀਂ ਕਰਦਾ ਦਾ ਹੈਪੀ ਮੈਨ ਸੋ ਇਸ ਦਾ ਕਰੈਕਟ ਆਨਸਰ ਹੈ ਆਪਸ਼ਨ ਬੀ ਕੁਐਸਚਨ ਨੰਬਰ 2 ਵਾਟ ਇਜ਼ ਅ ਹੈਪੀ ਮੈਨ ਪ੍ਰਪੇਅਰਡ ਫਾਰ ਜਿਹੜਾ ਹੈਪੀ ਮੈਨ ਆ ਉਹ ਕਾਦੇ ਲਈ ਪ੍ਰਪੇਅਰਡ ਹੁੰਦਾ ਡੈਥ ਲਈ ਉਹ ਡੈਥ ਲਈ ਪਹਿਲਾਂ ਤੋਂ ਪ੍ਰਪੇਅਰ ਕੀਤਾ ਜਾਂਦਾ ਕਿ ਮੌਤ ਇੱਕ ਦਿਨ ਆਣੀ ਹੈ ਸੋ ਨੈਕਸਟ ਵਨ ਹੈ ਵਾਟ ਇਜ਼ ਦਾ ਸਿਨੋਨਿਮ ਆਫ ਦਾ ਵਰਡ ਆਰਮਰ ਸੋ ਇਸ ਦਾ ਹੁੰਦਾ ਸਰੀਰ ਨੂੰ ਆਪਾਂ ਸੁਰੱਖਿਆ ਦੇਣ ਲਈ ਜਿਹੜਾ ਕੋਈ ਕਬ ਪੈਂਦੇ ਹਨ ਸੋ ਫਿਰ ਇੱਥੇ ਪ੍ਰੋਟੈਕਸ਼ਨ ਦਾ ਮਤਲਬ ਵੀ ਸੁਰੱਖਿਆ ਦੇਣਾ ਹੁੰਦਾ ਸੋ ਡੀ ਐਸ ਦਾ ਕਰੈਕਟ ਡੀ ਨਹੀਂ ਹੈ ਬਟ ਐਵੇਂ ਇਸੇ ਪ੍ਰੋਟੈਕਸ਼ਨ ਤੇ ਕਿਹਾ ਸੀ ਆਪਸ਼ਨ ਹੈ ਠੀਕ ਹੈ ਨੰਬਰਿੰਗ ਗਲਤ ਹੋਈ ਵੀ ਹੈ ਸੋ ਪ੍ਰੋਟੈਕਸ਼ਨ ਇਜ਼ ਅ ਰਾਈਟ ਆਨਸਰ ਫॉर ਕੁਐਸਚਨ ਨੰਬਰ 3 ਕੁਐਸਚਨ ਨੰਬਰ 4 ਵਾਟ ਡਸ ਅ ਹੈਪੀ ਮੈਨ ਡੂ ਡੇਲੀ ਹਰ ਰੋਜ਼ ਜਿਹੜਾ ਹੈਪੀ ਮੈਨ ਹੈ ਉਹ ਕੀ ਕਰਦਾ ਹੈ ਪ੍ਰੇ ਟੂ ਗੋਡ ਉਹ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਰੋਜ਼ ਭਜਾਏ ਇਸ ਦੇ ਕਿ ਉਹ ਰੂਮਰਸ ਫੈਲਾਉਂਦਾ ਜਾਂ ਦੂਜਿਆਂ ਦੀ ਖੁਸ਼ਾਮਦ ਕਰਦਾ ਹੈ ਨਾ ਜਾਂ ਦੂਜਿਆਂ ਨੂੰ ਬਰਬਾਦ ਕਰਨ ਦੇ ਸੁਪਨੇ ਦੇਖਦਾ ਜਾਂ ਸਕੀਮਾਂ ਬਣਾਉਂਦਾ ਉਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਸੋ ਵੀ ਇਜ਼ ਅ ਕਰੈਕਟ ਆਨਸਰ ਨੈਕਸਟ ਵਨ ਵਿਚ ਆਫ ਦਾ ਫੋਲੋਇੰਗ ਇਸ ਨਾਟ ਅ ਕੁਆਲਟੀ ਆਫ ਅ ਹੈਪੀ ਮੈਨ ਸਾਨੂੰ ਚਾਰ ਕੁਆਲिटीज ਦਿੱਤੀਆਂ ਨੇ ਕਿਹੜੀ ਕੁਆਲਟੀ ਆ ਜਿਹੜੀ ਹੈਪੀ ਮੈਨ ਦੇ ਵਿੱਚ ਨਹੀਂ ਹੈਗੀ ਰੂਟ ਫੁਲਨੈਸ ਹੈ ਗਿਆ ਫੇਥ ਇਨ ਗੋਡ ਹੈਗਾ ਹੈਪੀਨੈਸ ਹੈ ਗਿਆ ਗਰੀਡ ਮੀਨਸ ਲਾਲਚ ਨਹੀਂ ਹੈਗਾ ਉਹਦੇ ਚ ਸੋ ਇਸ ਦਾ ਵੀ கரੈਕਟ ਆਨਸਰ ਆਪਸ਼ਨ ਸੀ ਹੈ ਤਾਂ ਨੈਕਸਟ ਕੁਐਸਚਨ ਵਟ ਡਸ ਅ ਹੈਪੀ ਮੈਨ ਕੇਅਰ ਫੋਰ ਜਿਹੜਾ ਹੈਪੀ ਮੈਨ ਉਹ ਕਿਸ ਚੀਜ਼ ਦੀ ਪਰਵਾਹ ਕਰਦਾ ਹੈਗਾ ਠੀਕ ਉਹ ਇੱਥੇ ਪਰਵਾਹ ਕਰਦਾ ਗੋਡਸ ਗ੍ਰੇਸ ਦੀ ਹੋਰ ਚੀਜ਼ਾਂ ਦੀ ਗਿਫਟ ਦੀ ਜਾਂ ਹੋਰ ਚੀਜ਼ਾਂ ਦੀ ਨਹੀਂ ਕਰਦਾ ਨਾ ਪਰਮਾਤਮਾ ਤੋਂ ਮੰਗਦਾ ਉਹ ਪਰਮਾਤਮਾ ਦੀ ਮਿਹਰ ਮੰਗਦਾ ਸੋ ਇਸ ਦਾ ਆਨਸਰ ਹੈ ਬੇਟਾ ਏ ਗੋਡਸ ਗ੍ਰੇਸ ਕਵੈਸਚਨ ਨੰਬਰ 7 ਹਾਊ ਡਸ ਅ ਹੈਪੀ ਮੈਨ ਸਪੈਂਡ ਹਿਸ ਡੇ ਹੈਪੀ ਮੈਨ ਆਪਣਾ ਦਿਨ ਕਿੱਦਾਂ ਬਤੀਤ ਕਰਦਾ ਵਿਦ ਅ ਰਿਲੀਜੀਅਸ ਬੁੱਕ ਵਿਦ ਫਰੈਂਡਸ ਸੋ ਦੋਨੋਈ ਚੀਜ਼ਾਂ ਉਹ ਧਾਰਮਿਕ ਕਿਤਾਬਾਂ ਪੜ੍ਹਦਾ ਆ ਆਪਣੇ ਦੋਸਤਾਂ ਨਾਲ ਆਪਣਾ ਦਿਨ ਸਪੈਂਡ ਕਰਦਾ ਸੋ ਇੱਥੇ ਆਪਾਂ ਆਪਸ਼ਨ ਸੀ ਟਿਕ ਕਰਾਂਗੇ ਬੋਥ ਏ ਐਂਡ ਬੀ ਜਿੱਥੇ ਲਿਖਿਆ ਹੋਇਆ ਹੈ ਠੀਕ ਹੈ ਸੋ ਅਗਰ 4th ਜਿਹੜੀ ਆਪਸ਼ਨ ਹੈ ਇੱਥੇ ਨਨ ਆਫ ਦਾ ਅਬਬ ਲਿਖੀ ਹੋਈ ਆ ਅਗਰ ਕੋਈ ਉਹ ਲਿਖੀ ਹੋਈ ਹੈ ਤਾਂ ਅਸੀਂ ਉਸ ਨਨ ਆਫ ਦਾ ਅਬਬ ਤੋਂ ਇਲਾਵਾ ਤਾਂ ਅਸੀਂ ਉਹਨੂੰ ਵੀ ਧਿਆਨ ਨਾਲ ਵੇਖਣਾ ਠੀਕ ਹੈ ਕੁਐਸਚਨ ਨੰਬਰ 8 ਵਾਟ ਡਸ ਦਾ ਵਰਲਡ ਆਪ੍ਰੈਸ਼ਰਲ ਮੀਨਸ ਇਹਦਾ ਮਤਲਬ ਹੁੰਦਾ ਜ਼ੁਲਮ ਕਰਨ ਵਾਲਾ ਠੀਕ ਸੋ ਫਿਰ ਜ਼ੁਲਮ ਕਰਨ ਵਾਲੇ ਚ ਦੇਖੋ ਜਦੋਂ ਤੁਸੀਂ ਇਹਨਾਂ ਨੂੰ ਪੜ੍ਹੋਗੇ ਚਾਹੇ ਤੁਹਾਨੂੰ ਹੈਲਪਫੁਲ ਗਾਰਡੀਅਨ ਜਨਰੇਸ਼ਨ ਫਿਰ ਇਹਨਾਂ ਦੇ ਮੀਨਿੰਗ ਦੇਖਦੇ ਹੋਏ ਤਾਂ ਤੁਹਾਨੂੰ ਚਾਹੇ ਉਹਦਾ ਮੀਨਿੰਗ ਨਹੀਂ ਵੀ ਪਤਾ ਤਦ ਵੀ ਤੁਸੀਂ ਉਹਦਾ ਆਪਸ਼ਨ ਲੱਭ ਲੋਗੇ ਕਿ ਆਪਸ਼ਨ ਡੀ ਇਹਦਾ ਰਾਈਟ ਆਨਸਰ ਹੈ ਜਿੱਦਾਂ ਅਪਰੈਸਰ ਦਾ ਮੀਨਿੰਗ ਜ਼ੁਲਮ ਕਰਨ ਵਾਲਾ ਜਾਂ ਅਤਿਆਚਾਰੀ ਹੁੰਦਾ ਟ੍ਰਾਇੰਟ ਤਾਂ ਮੀਨਸ ਵੀ ਜ਼ੁਲਮ ਕਰਨ ਵਾਲਾ ਹੁੰਦਾ ਸੋ ਇਸਦਾ ਆਨਸਰ ਹੈ ਡੀ ਓਕੇ ਨੈਕਸਟ ਵਨ ਵਾਟ ਇਜ਼ ਦ ਸਿਨੋਨਿਮ ਆਫ ਦ ਵਰਡ ਐਨਵੀ ਸੋ ਇਸਦਾ ਸਿਮਿਲਰ ਵਰਡ ਜਿਹਦਾ ਸੇਮ ਮੀਨਿੰਗ ਹੋਵੇ ਉਹ ਹੈ ਜੈਲਸੀ ਸੋ ਇਸਦਾ ਹੈ ਬੀ ਆਨਸਰ ਨੈਕਸਟ ਕੁਐਸਚਨ a happy man always pray for the ਕਾਦੇ ਲਈ ਹਮੇਸ਼ਾ ਪ੍ਰਾਰਥਨਾ ਕਰਦਾ 골ਡ ਲਈ ਪਪੂਲਰਿਟੀ ਲਈ ਮਟੀਰੀਅਲ ਥਿੰਗਸ ਦੇ نو ਬਲੇਸਿੰਗਸ ਲਈ ਉਹ ਪ੍ਰਮਾਤਮਾ ਦੀ ਮਿਹਰ ਚਾਹੁੰਦਾ ਜਿਵੇਂ ਆਪਾਂ ਉੱਪਰ ਵੀ ਗੱਲ ਕੀਤੀ ਸੀ ਪ੍ਰਮਾਤਮਾ ਦਾ ਆਸ਼ੀਰਵਾਦ ਚਾਹੁੰਦਾ ਸੋ ਉਸ ਦਾ ਆਨਸਰ ਹੈ a ਕੁਐਸਚਨ ਨੰਬਰ 10 ਦਾ ਕੁਐਸਚਨ ਨੰਬਰ 11 the poet describes the life of ਹੁਣ ਜਿਹੜਾ ਪੋਇਟ ਆ ਉਹ ਕਿਹੋ ਜੀ ਲਾਈਫ ਨੂੰ ਡਿਸਕ੍ਰਾਈਬ ਕਰ ਰਿਹਾ ਕੰਟੈਂਟਮੈਂਟ ਸਬਰ ਸੰਤੋਖ ਵਾਲੀ ਜ਼ਿੰਦਗੀ ਦੀ ਜ਼ਿਕਰ ਕਰ ਰਿਹਾ ਸੋ ਇਸ ਦਾ ਆਨਸਰ ਹੈ ਬਟਾ A ਚਲੋ ਜੀ ਕੁਐਸਚਨ ਨੰਬਰ 12 ਤੇ ਆ ਗਏ ਹੁਣ ਆਪਾਂ ਦਾ ਡੈਸ਼ ਇਜ਼ ਦਾ ਆਊਟਮੋਸਟ ਸਕਿੱਲ ਆਫ ਅ ਹੈਪੀ ਮੈਨ ਕਿਹੜੀ ਉਹਦੀ ਸਰਵ ਉੱਤਮ ਸਕਿੱਲ ਹੁਨਰ ਕਿਹੜਾ ਹੈਪੀ ਮੈਨ ਦਾ ਟਰੁਥ ਉਹ ਹਮੇਸ਼ਾ ਸੱਚ ਬੋਲਦਾ ਸੋ C ਕਵੈਸਚਨ ਨੰਬਰ 13 A happy man does not care about dash fame ਕਿਹੜੇ ਫੇਮ ਨੂੰ ਉਹ ਜਿਹੜਾ ਬਾਲੀ ਤਵੱਜੋ ਨਹੀਂ ਦਿੰਦਾ ਕੇ ਔਰ ਨਹੀਂ ਕਰਦਾ ਵਰਲਡੀ ਫੇਮ ਸੰਸਾਰਿਕ ਜਿਹੜਾ ਪ੍ਰਸਿੱਧੀ ਆ ਉਹਦੇ ਬਾਰੇ ਉਹ ਬਾਲਾ ਕੋਈ ਧਿਆਨ ਨਹੀਂ ਦਿੰਦਾ ਸੋ ਇਸ ਦਾ ਆਨਸਰ ਹੈ ਸੀ what is the antonym of the word fame fame ਹੁੰਦਾ ਪ੍ਰਸਿੱਧੀ ਪ੍ਰਾਪਤ ਕਰਨਾ ਹੁਣ ਇਹਦਾ ਕੀ ਹੋ ਗਿਆ ਬਦਨਾਮੀ ਹੈਨਾ notorious n o t o r i o u s ਮੀਨਸ ਬਦਨਾਮ ਬਦਨਾਮੀ ਕਰਕੇ ਪ੍ਰਸਿੱਧ ਹੋਣ ਵਾਲਾ ਜਾਂ ਓਕੇ ਨੈਕਸਟ ਵਨ ਦਾ ਐਂਥਨਮ ਆਫ ਦਾ ਵੋਰਡ ਵਰਚੂ ਵਰਚੂ ਹੁੰਦਾ ਬੇਟਾ ਆਪਾਂ ਜਿਵੇਂ ਕਹਿੰਦੇ ਆ ਗੁੱਡਨੈਸ ਜਾਂ ਕਿਸੇ ਨੂੰ ਆਪਾਂ ਦਿੰਨੇ ਆ ਅਸ਼ੀਰਵਾਦ ਦਿੰਨੇ ਆ ਜ ਹੈਨਾ ਸੋ ਇਹਦਾ ਉਲਟ ਕੀ ਹੋ ਗਿਆ ਵਾਈਸ ਹੈਨਾ ਸੋ ਇਸ ਦਾ ਆਨਸਰ ਆ ਏ ਕੁਐਸਚਨ ਨੰਬਰ 16 ਦਾ ਹੈਪੀ ਮੈਨ ਓਬੇਜ਼ ਦਾ ਰੂਲਸ ਆਫ ਕਾਦੇ ਰੂਲ ਅਬੇ ਕਰਦਾ ਟ੍ਰੈਫਿਕ ਦੇ ਗਵਰਨਮੈਂਟ ਦੇ ਕਿੰਗ ਦੇ ਨੋ ਗੁੱਡਨੈਸ ਉਹ ਕਾਦੇ ਰੂਲ ਫਾਲੋ ਕਰਦਾ ਗੁੱਡਨੈਸ ਦੇ ਰੂਲ ਫਾਲੋ ਕਰਦਾ ਕੁਐਸਚਨ ਨੰਬਰ 17 ਅ ਹੈਪੀ ਮੈਨ ਇਜ਼ ਨਾਟ ਅ ਡੈਸ਼ ਆਫ ਹਿਸ ਪੈਸ਼ਨ ਪੈਸ਼ਨ ਹੁੰਦਾ ਜਨੂਨ ਉਹ ਆਪਣੇ ਜਨੂਨ ਦਾ ਗੁਲਾਮ ਨਹੀਂ ਹੈ ਕਿ ਉਹ ਆਪਣੇ ਜਨੂਨ ਲਈ ਕੁਝ ਵੀ ਤਿਆਗ ਦੇਵੇ ਹੈਨਾ ਸੋ ਇਸ ਦਾ ਆਨਸਰ ਹੈ ਬੀ ਹੈਪੀ ਮੈਨ ਇਜ਼ ਨੈਵਰ ਅਫਰੇਡ ਆਫ ਕਾਲਿਦ ਕਾਦੇ ਤੋਂ ਨਹੀਂ ਡਰਦਾ ਡੈਥ ਤੋਂ ਅਸੀਂ ਉੱਪਰ ਵੀ ਕੀਤਾ ਸੀ ਉਹ ਡੈਥ ਲਈ ਪ੍ਰਪੇਅਰਡ ਆ ਸੋ ਡੈਥ ਤੋਂ ਡਰਦਾ ਨਹੀਂ ਸੋ ਇਸ ਲਈ ਇਸ ਦਾ ਆਨਸਰ ਹੈ A ਕੁਐਸਚਨ ਨੰਬਰ 19 ਬੇਟਾ ਇਸ ਪਰਫੇਡ ਫॉर ਡੈਥ ਕਿਨੂੰ ਹੀ ਕੁਐਸਚਨ ਤਿੰਨ ਵਾਰ ਘੁੰਮ ਕੇ ਆ ਗਿਆ ਅਲੱਗ ਅਲੱਗ ਤਰੀਕਿਆਂ ਨਾਲ ਕਿਨੂੰ ਤਿਆਰ ਕੀਤਾ ਗਿਆ ਡੈਥਲੀ ਹੈਪੀ ਮੈਨ ਨੂੰ ਸੋ ਬੜੇ ਈਜ਼ੀਲੀ ਤੁਸੀਂ ਇਹਨੂੰ ਫਾਈਂਡ ਕਰ ਸਕਦੇ ਹੋ ਹੈਪੀ ਮੈਨ ਇਜ਼ ਅਨਅਰੀਅਸ ਆਫ ਡੈਸ਼ ਓਕੇ ਆਲ ਪੀਪਲ ਹਿਸ ਫਰੈਂਸ ਹਿਸ ਰੈਲ ਕਿ ਤੋ ਜੈਲਸਾ ਉਹ ਤੇ ਆਪਾਂ ਜੈਲਸ ਕੀਤਾ ਨਾ ਇਹਦਾ ਕਿ ਸਾਰੇ ਲੋਕਾਂ ਤੋਂ ਆਪਦੇ ਰਿਲੇਟਿਵਸ ਤੋਂ ਫਰੈਂਡਸ ਤੋਂ ਨੋ ਉਹ ਕਿਸੇ ਤੋਂ ਨਹੀਂ ਹੈਗਾ ਨੋ ਵਨ ਸੋ ਇਸ ਦਾ ਆਨਸਰ ਹੈ ਡੀ ਕੁਐਸਚਨ ਨੰਬਰ 21 ਨੇਮ ਆਫ ਦਾ ਪੋਇਟ ਆਫ ਦਾ ਪੋਇਮ ਕ੍ਰੈਪਟਰ ਆਫ ਅ ਹੈਪੀ ਮੈਨ ਸੋ ਇਸ ਪੋਇਮ ਦਾ ਜਿਹੜਾ ਰਾਈਟਰ ਹੈ ਉਹ ਕੌਣ ਆ ਜਾਂ ਪੋਇਟ ਸਰ ਹੈਨਰੀ ਬਾਟਨ ਸੋ ਇਸ ਦਾ اے ਹੀ ਆਨਸਰ ਹੈ ਫਸਟ ਵਨ ਹੀ ਸੋ ਇਹ ਹੋਗੇ ਤੁਹਾਡੇ ਪੋਇਮ ਦੇ ਬਟਾ ਲੈਸਨਸ ਇਸ ਤੋਂ ਇਲਾਵਾ ਅਗਰ ਤੁਸੀਂ ਪੋਈ ਚੰਗੇ ਤਰੀਕੇ ਨਾਲ ਪੜ੍ਹੀ ਹੋਈ ਐ ਸਟੈਂਸਸ ਚੰਗੇ ਤਰੀਕੇ ਨਾਲ ਦੇਖੇ ਹੋਏ ਨੇ ਉਹਨਾਂ ਦੇ ਹਨਾ ਸੋ ਫਿਰ ਕੋਈ ਵੀ ਕੁਐਸਚਨ ਆਦਵੇ ਕੋਈ ਦਿੱਕਤ ਨਹੀਂ ਸੋ ਹੁਣ ਆਪਣਾ ਬੁੱਕਵਰਕ ਡਨ ਹੋ ਗਿਆ ਹੈ ਸਾਰੇ ਚੰਗੇ ਤਰੀਕੇ ਨਾਲ ਦੀ ਤਿਆਰੀ ਕਰ ਲੋ ਤੇ ਹੁਣ ਆਪਾਂ ਇਸ ਤੋਂ ਬਾਅਦ ਤੁਹਾਡੇ ਹਰ ਰੋਜ਼ ਟੈਸਟ ਲਿਆ ਕਰਾਂਗੇ ਤਾਂ ਕਿ ਤੁਹਾਡੇ ਪੇਪਰ ਦੀ ਚੰਗੇ ਤਰੀਕੇ ਨਾਲ ਤਿਆਰੀ ਹੋ ਜੇ ਤੇ ਗ੍ਰਾਮਰ ਦਾ ਟੌਪਿਕ ਵੀ ਮੈਂ ਤੁਹਾਨੂੰ ਸਾਰਾ ਕਵਰ ਕਰਵਾ ਦਿਆਂਗੀ ਇੱਕ ਦੋ ਦਿਨਾਂ ਦੇ ਵਿੱਚ ਸੋ ਬਾਏ ਬਾਏ